यूके यूरोप अते पूरे संसार दे विच जिथों जिथों तक सिख संगतां सिख चैनल वेख रही ने मेरे वालों फतेह प्रवान होवे जी। वाहिगुरू जी का खालसा, वाहिगुरू जी की फतेह। सो अज दे स्पैशल शो दे विच असीं डिस्कस करांगे कि जो पिंड कोरियाणा साबो की तलवंडी दे नेड़े डेरा सिरसे वाले दे साध दे जो उत्थे नाम चर्चा हुंदी है उन्हूं रोकण दे वास्ते जो तनाव बनिया होया है, बहुत ज़्यादा तनावपूर्ण जिहड़ी सिचुएशन बनी हुई है। सो इस सिचुएशन नूं किस तरह उत्थे पुलिस वाले हैंडल कर रहे हैं, किस तरह उत्थों के लोग जो लोकल लोग ने वो किमें उत्थे तनाव दे विच इत्थे रह रहे हैं। सो ये सारी डिस्कशन वास्ते साडे नाल जिहड़े शो दे विच भाजी दिलबाग सिंह जी साडे नाल ने। वाहिगुरू जी का खालसा, वाहिगुरू जी जी की की फतेह। फतेह। और भाजी ठीक ठाक हो तुसीं? हाँ जी ठीक है जी। बाकी यही है कि जिहड़ी इहो जी मंदभागियां घटना हुंदियां ने जी इहदे नाल जिहड़े साडे हिरदे वलुंदरे जांदे आ। जे जी पुरानी गल करिए जिहड़े इह सरसे साध वाली गल, ਤਾਂ ਜੋ ਸਲਾਬਤਪੁਰ ਵਿੱਚ ਜਦੋਂ ਇਹਨੇ ਸਵਾਂਗ ਰਚਿਆ ਸੀਗਾ ਧੰਨ ਜੀ ਧੰਨ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹਨੇ ਜਦੋਂ ਨਕਲ ਕੀਤੀ ਹੈ, ਹਾਂਜੀ, ਅਤੇ ਉਸ ਟਾਈਮ ਵੀ ਪੂਰਾ ਪੰਜਾਬ ਜਿਹੜਾ ਸੀ ਇੱਕਦਮ ਜਿਹੜਾ ਸੀਗਾ ਸੜਕਾਂ 'ਤੇ ਬਾਹਰ ਸਾਰੇ ਗੁਰਸਿੱਖ ਆਏ ਸੀ। ਜੀ ਅਤੇ ਉਸ ਟਾਈਮ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਸੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਇਹਦੇ ਪਾਬੰਦੀ ਵੀ ਲਾਈ ਗਈ ਸੀ। ਹਾਂਜੀ, ਲੇਕਿਨ ਉਸ ਤੋਂ ਬਾਅਦ ਸੰਗਤਾਂ ਨੇ ਤਾਂ ਆਪਣਾ ਉਸੇ ਤਰ੍ਹਾਂ ਆਪਣਾ ਜਿਹੜਾ ਸੀਗਾ ਰੋਸ ਜਿਹੜਾ ਸੀਗਾ ਕਰਦੇ ਰਹੇ ਔਰ ਰੋਕਦੇ ਵੀ ਰਹੇ, ਜੀ ਬੜਾ ਕੁਛ ਕਰਦੇ ਰਹੇ, ਬੜੇ ਕੇਸ ਪਏ, ਕਿੰਨੇ ਸਿੰਘ ਸ਼ਹੀਦ ਹੋਏ ਹੈ ਨਾ। ਜੀ ਉਸ ਜੀ ਤੋਂ ਬਾਅਦ ਜਿਹੜਾ ਸੀ ਆ ਪਿੱਛੇ ਤੁਹਾਨੂੰ ਪਤਾ ਹੀ ਹੈ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਉਹਨਾਂ ਜੀ ਨੂੰ ਜੀ ਇਹਨੂੰ ਮਾਫੀ ਮਾਫ਼ ਦਿੱਤੀ ਗਈ ਕਰਨ ਸੀ। ਦਿੱਤਾ ਗਿਆ ਤਾਂ ਉਸ ਤੋਂ ਬਾਅਦ ਫਿਰ ਸੰਗਤਾਂ ਦੇ ਵਿੱਚ ਖਾਸ ਤੌਰ 'ਤੇ ਫਿਰ ਉਹ ਗੁੱਸਾ ਜਿਹੜਾ ਸੀਗਾ ਜਥੇਦਾਰ ਜਿਹੜੇ ਸਾਹਿਬਾਨ ਉਹਨਾਂ 'ਤੇ ਆਇਆ। ਜੀ ਅਤੇ ਫਿਰ ਹੁਣ ਜਿਵੇਂ ਅੱਜ ਦੀ ਹੁਣ ਤਾਜ਼ਾ ਘਟਨਾ ਕੱਲ੍ਹ ਦੀ ਦੇਖਦੇ ਹਾਂ, ਜੀ ਜਿਹੜੀ ਸਾਬੋ ਕੇ ਤਲਵੰਡੀ ਨੇੜੇ ਕੋਰੀਆਣਾ ਪਿੰਡ ਵਿੱਚ ਕੋਰੀਆਣਾ ਹੋਈ ਹੈ। ਪਿੰਡ 2 ਹਫ਼ਤੇ ਪਹਿਲਾਂ ਉਸ ਪਿੰਡ ਦੇ ਵਿੱਚ ਬਲੋਕ ਪੱਧਰ 'ਤੇ ਉਹਨਾਂ ਨੇ ਚਰਚਾ ਸ਼ੁਰੂ ਕੀਤੀ ਹੈ ਅਤੇ ਜੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਵਿਰੋਧ ਕੀਤਾ, ਉਸ ਨੂੰ ਜੀ ਰੋਕਿਆ। ਜੀ, ਲੇਕਿਨ ਫਿਰ ਤੇ ਪ੍ਰਸ਼ਾਸਨ ਦੀ ਸ਼ਹਿ ਤੇ ਹੀ ਹੈ ਕਿ ਦੁਬਾਰਾ ਉਹਨਾਂ ਨੇ ਚੈਲੰਜ ਕਰਕੇ ਫਿਰ ਉੱਥੇ ਉਹੀ ਬਿਲਕੁਲ ਜੀ। ਇਸ ਵੇਲੇ ਇੱਥੋਂ ਤੱਕ ਪਤਾ ਲੱਗ ਗਿਆ ਕਿ ਪ੍ਰਸ਼ਾਸਨ ਦੀਆਂ ਗੱਡੀਆਂ ਜੋ ਪਾਣੀ ਦੀ ਬੁਛਾੜਾਂ ਵਾਲੀਆਂ ਗੱਡੀਆਂ ਉਹ ਵੀ ਉੱਥੇ ਪਹੁੰਚ ਚੁੱਕੀਆਂ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਦੇ ਹੇਠ ਉਹਦੀ ਨਾਮ ਚਰਚਾ ਚੱਲ ਰਹੀ ਹੈ। ਹਾਂਜੀ, ਸੋ ਇਹਦੇ ਵਿੱਚ ਤਾਂ ਅਸੀਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਉਹਨੂੰ ਬੜਾਵਾ ਕਿ ਜਾਂ ਫਿਰ ਆਪਣੀ ਵੋਟਾਂ ਦਾ ਜੋ ਵੋਟ ਬੈਂਕ ਆ ਜੋ ਸਾਡੇ ਸਿਆਸੀ ਲੀਡਰਾਂ ਦਾ ਉਹਨੂੰ ਬਚਾਉਣ ਵਾਸਤੇ ਉਹ ਉਹਨਾਂ ਦਾ ਸਾਥ ਦੇ ਰਹੇ ਨੇ, ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਬਿਲਕੁਲ, ਕਿਉਂਕਿ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਇਹਨਾਂ 'ਤੇ ਜਿਹੜਾ ਹੈ ਕਿ ਜਿਹੜੇ ਇਹਨਾਂ ਦੇ ਹੁਕਮਰਾਨ ਹੁੰਦੇ ਹੈ ਉਹਨਾਂ ਦਾ ਹੁਕਮ ਮੰਨਣਾ ਹੁੰਦਾ। ਜੀ ਬਿਲਕੁਲ, ਜੋ ਉਹਨਾਂ ਨੇ ਕਹਿਣਾ ਉਹੀ ਕਰਨਾ ਹੈ ਅਤੇ ਇਹ ਤਾਂ ਸਿੱਧੇ ਤੋਂ ਸਿੱਧਾ ਜੋ ਸਰਕਾਰ ਹੈ ਅੱਜ ਜਿਹਦੀ ਅੱਜ ਸਰਕਾਰ ਹੈ ਜਿਹੜੇ ਅੱਜ ਰਾਜ ਕਰਦੇ ਨੇ ਜੀ ਇਹ ਉਹਨਾਂ ਦੇ ਹੱਥ ਹੈ, ਜਿੱਦਾਂ ਦਾ ਉਹਨਾਂ ਨੇ ਅਗਾਂਹ ਅੱਗਾਂ ਆਰਡਰ ਕਰਨਾ ਪ੍ਰਸ਼ਾਸਨ ਨੇ ਤਾਂ ਉਹੀ ਜਿਹੜੇ ਫੋਲੋ ਕਰਨਾ ਉਹਨਾਂ ਨੂੰ ਜੀ। ਅਤੇ ਸਿੱਧੀ ਸਰਕਾਰ ਜਿਹੜੀ ਹੈਗੀ ਹੈ ਉਹ ਮਤਲਬ ਸਿੱਧੀ ਵੋਟਾਂ ਦੀ ਰਾਜਨੀਤੀ ਹੈ ਅਤੇ ਜਿਹੜੀਆਂ ਸੰਗਤਾਂ ਨੂੰ ਦਬਾਇਆ ਜਾ ਰਿਹਾ ਅਤੇ ਉਹ 2 ਹਫ਼ਤੇ ਪਹਿਲਾਂ ਪਿੰਡ 'ਚ ਹੋਣ ਨਹੀਂ ਦਿੱਤੇ, ਹੁਣ ਪ੍ਰਸ਼ਾਸਨ ਦੇ ਸਹਿਤ ਸ਼ਹਿ ਤੇ ਹੋ ਰਿਹਾ। ਜੀ ਬਿਲਕੁਲ ਜੀ, ਇੱਕ ਬੰਨੇ ਤੇ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਸਰਕਾਰਾਂ ਪੰਥਕ ਸਰਕਾਰਾਂ ਨੇ, ਅਸੀਂ ਪੰਥ ਦੇ ਬੜਾ ਸਾਡੇ ਵਿੱਚ ਦਰਦ ਵਾ, ਪੰਥ ਵਾਸਤੇ ਬਹੁਤ ਜ਼ਿਆਦਾ ਪ੍ਰੇਮ ਆ, ਅਤੇ ਦੂਸਰੇ ਪਾਸੇ ਅਸੀਂ ਸਾਡੇ ਜੋ ਪੰਥ ਦੇ ਦਰਦੀ ਨੇ ਜੋ ਸਾਡੇ ਸਿੱਖ ਮਰਜੀਵੜੇ ਨੇ ਉੱਥੇ ਰਹਿੰਦੇ ਨੇ ਜੋ ਝੂਠੇ ਸਾਧ ਨੂੰ ਜੋ ਰੋਕਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹਨੂੰ ਉਹਦੇ ਜੋ ਨਾਮ ਚਰਚਾ ਚੱਲ ਰਹੀ ਹੈ ਇਸ ਵੇਲੇ ਉਹਨੂੰ ਰੋਕਣ ਦੀ ਕੋਸ਼ਿਸ਼, ਉਲਟਾ ਉਹਨਾਂ 'ਤੇ ਡਾਂਗਾਂ ਵਰਾਈਆਂ ਜਾਂਦੀਆਂ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਾਂ ਇਹ ਕਿਵੇਂ ਹੋਣਾ ਚਾਹੀਦਾ ਇਹਦੇ ਬਾਰੇ? ਦੇਖੋ ਗੱਲ ਇੱਦਾਂ ਆ ਕਿ ਜਿਹੜਾ ਜੋ ਕੁਛ ਹੋ ਰਿਹਾ ਉਹ ਤਾਂ ਗਲਤ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਹੈ। ਜੋ ਪਹਿਲਾਂ ਹੋਇਆ ਸੀ ਸਲਾਬਦ ਉੱਥੇ ਵੀ, ਉਸ ਤੋਂ ਬਾਅਦ ਵੀ ਬਹੁਤ ਵਾਰੀ ਇਸ ਤਰ੍ਹਾਂ ਦਾ ਹੋਇਆ, ਇਸੇ ਤਰ੍ਹਾਂ ਦਾ ਇਸ ਪਿੰਡ ਵਿੱਚ ਹੋਇਆ। ਗਲਤ ਇਹ ਹੈ ਕਿ ਜਿਹੜਾ ਕਾਨੂੰਨ ਵਿਵਸਥਾ ਹੁੰਦੀ ਹੈ ਉਹਦਾ ਕੰਮ ਹੁੰਦਾ ਹੈ ਵੀ ਕਿਸੇ ਵੀ ਕਾਰਨ ਅਗਰ ਕਿਤੇ ਕੋਈ ਤਣਾਅ ਪੈਦਾ ਹੁੰਦਾ ਹੈ ਤਾਂ ਉਸ ਚੀਜ਼ ਨੂੰ ਰੋਕਣਾ। ਜੀ ਬਿਲਕੁਲ, ਜੇ ਉਸ ਦੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਕਰਨ ਦੇ ਨਾਲ ਕਿਸੇ ਪਿੰਡ 'ਚ ਲੜਾਈ ਝਗੜਾ ਜਾਂ ਕੋਈ ਤਣਾਅ ਪੈਦਾ ਹੁੰਦਾ ਹੈ ਉਸ ਚੀਜ਼ ਨੂੰ ਰੋਕਣਾ ਫਰਜ਼ ਬਣਦਾ ਇਹਨਾਂ ਦਾ, ਵੈਸੇ ਹੀ ਫਰਜ਼ ਬਣਦਾ। ਲੇਕਿਨ ਇਹ ਤਾਂ ਜਾਣ ਬੁੱਝ ਕੇ ਇੱਕ ਉਕਸਾ ਰਹੇ ਹੈ ਵੀ ਆ 2 ਹਫ਼ਤੇ ਪਹਿਲਾਂ ਨਹੀਂ ਹੋਣ ਦਿੱਤਾ ਅਤੇ ਹੁਣ ਰੱਖੀਏ ਵੀ ਹੁਣ ਰੋਕ ਕੇ ਦਿਖਾਓ ਕੌਣ ਰੋਕਦਾ। ਸਿੱਧਾ ਚੈਲੰਜ ਹੈ, ਇੱਕ ਕੌਮ ਨੂੰ ਇੱਕ ਪੰਥ ਨੂੰ ਚੈਲੰਜ ਕਰ ਰਹੇ ਹੈ। ਜੀ, ਸੋ ਭਾਜੀ ਦਿਲਬਾਗ ਸਿੰਘ ਜੀ, ਜਿਵੇਂ ਜੋ ਇਸ ਸਿਚੁਏਸ਼ਨ ਉੱਥੇ ਕੋਰੀਆਣਾ ਪਿੰਡ ਦੇ ਵਿੱਚ ਬਣੀ ਹੋਈ ਹੈ ਇਸ ਵੇਲੇ, ਬਹੁਤ ਜ਼ਿਆਦਾ ਤਣਾਅਪੂਰਨ ਸਥਿਤੀ ਹੈ ਇਸ ਵੇਲੇ। ਸੋ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਪਤਾ ਲੱਗਾ ਕਿ ਬਾਬਾ ਦਾਦੂਵਾਲ ਜੀ, ਬਲਜੀਤ ਸਿੰਘ ਦਾਦੂਵਾਲ ਜੀ, ਜੋ ਉਹਨਾਂ ਦੇ ਖਿਲਾਫ਼ ਸ਼ੁਰੂ ਤੋਂ ਹੀ ਮੋਰਚਾ ਲਾਈ ਰੱਖਦੇ ਨੇ। ਬਿਲਕੁਲ, ਉਸ ਇਲਾਕੇ ਦੀ ਗੱਲ ਹੈ ਜੀ ਜੀ, ਜੋ ਸਰਸਾ ਹੈ ਉਹੀ ਏਰੀਆ ਹਾਂਜੀ ਬਲਜੀਤ ਸਿੰਘ ਦਾਦੂਵਾਲ ਦਾ, ਤਾਂ ਉਹਨਾਂ ਨੇ ਸ਼ੁਰੂ ਤੋਂ ਹੀ ਜਿਹੜਾ ਹੈ ਕਿ ਜਿਸ ਟਾਈਮ ਇਹਨੇ ਨਕਲ ਕੀਤੀ ਉਸ ਤੋਂ ਵੀ ਪਹਿਲਾਂ ਉਹਨਾਂ ਨੇ ਪਹਿਲਾਂ ਵਿੱਢਿਆ ਹੋਇਆ ਸੀ ਔਰ ਬੜਾ ਉੱਥੇ ਉਹਨਾਂ ਨੇ ਜਿਹੜੀ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਕਰਦੇ ਰਹੇ ਆ ਜੀ ਜੀ, ਔਰ ਉਹਨਾਂ ਨੂੰ ਵੀ ਹੁਣ 4 ਮਹੀਨੇ ਬਾਅਦ ਆ ਹੁਣ ਮੈਨੂੰ ਹਾਂਜੀ ਕੱਲ੍ਹ ਰਿਹਾਈ ਮਿਲੀ ਆ ਉਹਨਾਂ ਨੂੰ। ਸੋ ਇਸ ਵੇਲੇ ਸਾਡੇ ਨਾਲ ਉਹ ਲਾਈਨ ਤੇ ਨੇ, ਸੋ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਾਬਾ ਬਲਜੀਤ ਸਿੰਘ ਜੀ, ਆਪ ਜੀ ਦਾ ਬਹੁਤ ਸਵਾਗਤ ਹੈ ਜੀ ਸਿੱਖ ਚੈਨਲ ਸਟੂਡੀਓ ਦੇ ਵਿੱਚ, ਤੇ ਸਭ ਤੋਂ ਪਹਿਲਾਂ ਤੇ ਅਸੀਂ ਤੁਹਾਨੂੰ ਮੁਬਾਰਕਬਾਦ ਦੇ ਸਕਦੇ ਹਾਂ ਕਿ ਮੁਬਾਰਕਬਾਦ ਕਹਿੰਦੇ ਹਾਂ ਕਿ ਤੁਹਾਡੀ ਰਿਹਾਈ ਹੋਈ ਜੋ ਕੱਲ, ਸੋ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੇ? ਜਿੰਨੀਆਂ ਵੀ ਸੰਗਤਾਂ ਸਿੱਖ ਚੈਨਲ ਸਰਵਣ ਕਰ ਰਹੀਆਂ ਨੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਕੀ ਸਿੰਘ ਸਾਹਿਬ ਜੀ ਰਹੀ ਗੱਲ ਮੁਬਾਰਕਬਾਦ ਦੀ ਵਧਾਈ ਵਾਲੀ ਤਾਂ ਕੋਈ ਗੱਲ ਨਹੀਂ ਆ, ਜੀ ਅਸਲ ਜਿਹੜਾ ਬਰਗਾੜੀ ਬੇਅਦਬੀ ਹੋਈ ਗੁਰੂ ਸਾਹਿਬ ਦੀ ਔਰ ਥਾਂ ਥਾਂ ਤੇ ਪੰਜਾਬ ਵਿੱਚ ਉਸ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਲਈ ਸੰਘਰਸ਼ ਚੱਲਿਆ ਜੀ ਸੀਗਾ, ਔਰ ਬਿਲਕੁਲ ਜੋ ਬਾਅਦ ਵਿੱਚ ਸਿੰਘ ਸ਼ਹੀਦ ਹੋਏ ਉਹਨਾਂ ਦੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ, ਜੀ ਉਸ ਤੋਂ ਬਾਅਦ ਸਰਬੱਤ ਖਾਲਸਾ ਹੋਇਆ ਜੀ ਤਾਂ ਸਾਡੀਆਂ ਗ੍ਰਿਫਤਾਰੀਆਂ ਹੋਈਆਂ। ਜੀ ਵਧਾਈ ਤਾਂ ਉਸ ਦਿਨ ਮੁਬਾਰਕਬਾਦ ਸੰਗਤਾਂ ਦੀ ਵੀ ਉਸ ਦਿਨ ਲਵਾਂਗੇ ਵੀ ਤੇ ਦੇਵਾਂਗੇ ਵੀ ਜਿਸ ਦਿਨ ਬਰਗਾੜੀ ਕਾਂਡ ਦੇ ਦੋਸ਼ੀ ਫੜੇ ਜਾਣਗੇ, ਜੀ ਔਰ ਜਿਨ੍ਹਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਜਿਸ ਦਿਨ ਸਰਕਾਰ ਗ੍ਰਿਫਤਾਰ ਕਰੂਗੀ। ਸੰਘਰਸ਼ ਤਾਂ ਅਜੇ ਉੱਥੇ ਹੀ ਖੜਾ ਜੀ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ, ਸਦੋਂ ਸਾਡਾ ਹੀ ਨੁਕਸਾਨ ਹੋਇਆ, ਸਾਡੀਆਂ ਗ੍ਰਿਫਤਾਰੀਆਂ ਹੋਈਆਂ। ਚਲੋ ਰਿਹਾਈਆਂ ਦਾ ਗ੍ਰਿਫਤਾਰ ਕੀਤੇ ਰਿਹਾ ਕਾਰਨ ਸਰਕਾਰ ਕਿੰਨਾ ਕੁ ਚਿਰ ਰੱਖ ਸਕਦੀ ਸਾਨੂੰ ਅੰਦਰ, ਜੀ ਬਿਲਕੁਲ ਕਿਉਂਕਿ ਅਸੀਂ ਕਿਹੜਾ ਕੋਈ ਗੁਨਾਹ ਕੀਤਾ। ਦੁੱਖ ਇਸ ਗੱਲ ਦਾ ਕਿ ਜਿਨ੍ਹਾਂ ਨੂੰ ਫੜਨਾ ਸੀ ਉਹਨਾਂ ਨੂੰ ਫੜਿਆ ਨਹੀਂ ਜੀ ਤੇ ਉਲਟਾ ਸਿੱਖਾਂ ਨੂੰ ਹੀ ਗ੍ਰਿਫਤਾਰ ਕਰ ਲਿਆ, ਉਹ ਜੀ ਵੀ ਜੀ ਦੇਸ਼ ਧਰੋਹ ਵਰਗੇ ਮੁਕੱਦਮੇ ਲਾ ਕੇ। ਦੱਸੋ ਸਰਬੱਤ ਖਾਲਸਾ ਨੇ ਕਿਹੜਾ ਦੇਸ਼ ਧਰੋਹ ਕੀਤਾ, ਜੀ ਔਰ ਸਾਨੂੰ ਇਹ ਦੁੱਖ ਹੈ ਇਸ ਗੱਲ ਦਾ ਕਿ ਉਹ ਵੀ ਅਕਾਲੀ ਗੌਰਮੈਂਟ ਨੇ ਲਾਇਆ, ਅਕਾਲੀਆਂ ਨੇ ਜਿਹੜੇ ਮਤਲਬ ਸਿੱਖਾਂ ਦੇ ਉੱਪਰ ਦੇਸ਼ ਧਰੋਹ ਦੇ ਪਰਚੇ ਦਰਜ ਕੀਤੇ, ਸਾਨੂੰ ਇਸ ਗੱਲ ਦਾ ਵੱਧ ਦੁੱਖ ਆ ਜੀ। ਸੋ ਬਾਬਾ ਜੀ, ਜਿਵੇਂ ਤੁਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੌਦਾ ਸਾਧ ਆ ਉਹਦੇ ਖਿਲਾਫ ਬਹੁਤ ਮੋਰਚਾ ਵਿੱਢਿਆ ਹੋਇਆ ਤੇ ਉਹਦੇ ਜਿੱਥੇ ਜਿੱਥੇ ਵੀ ਉਹਦੀ ਨਾਮ ਚਰਚਾ ਚੱਲਦੀ ਆ ਤੁਸੀਂ ਉਹਨਾਂ ਦੇ ਖਿਲਾਫ ਮੋਰਚੇ ਲਾਉਂਦੇ ਰਹੇ ਹੋ। ਸੋ ਕੱਲ ਜੋ ਬਠਿੰਡਾ ਦੇ ਵਿੱਚ ਸਾਬੋ ਕੀ ਤਲਵੰਡੀ ਦੇ ਨੇੜੇ ਕੋਰੀਆਣਾ ਪਿੰਡ ਦੇ ਵਿੱਚ ਫਿਰ ਤਣਾਅਪੂਰਨ ਸਥਿਤੀ ਬਣੀ ਹੋਈ ਆ, ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਜੋ ਮੌਜੂਦਾ ਜੋ ਪ੍ਰਸ਼ਾਸਨ ਆ ਉਹ ਉਹਨਾਂ ਨੂੰ ਸਾਥ ਦੇ ਰਿਹਾ ਕਿ ਤੁਸੀਂ ਆਪਣੀ ਨਾਮ ਚਰਚਾ ਕਰਵਾਓ ਉੱਥੇ ਜਾਂ ਕਿੱਦਾਂ, ਸੋ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਬਿਲਕੁਲ ਨੇੜੇ ਪਿੰਡ ਹੈ ਕੌਰੇਵਾਣਾ, ਜੀ ਜੀ, ਤੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਦੇ ਵੀ ਬਿਲਕੁਲ ਨੇੜੇ ਆ, ਜਿੰਨਾ ਤਖ਼ਤ ਸਾਹਿਬ ਤੋਂ ਪੈਂਦਾ ਉਨਾ ਕੀ ਸਾਡੇ ਤੋਂ ਪੈਂਦਾ। ਜੀ ਬਿਲਕੁਲ, ਮੈਂ ਰਾਤ ਹੀ 12 ਵਜੇ ਹੁਸ਼ਿਆਰਪੁਰ ਤੋਂ ਰਿਹਾ ਹੋ ਕੇ ਇੱਥੇ ਪਹੁੰਚਿਆ, ਅੱਜ ਸਵੇਰ ਦੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਮਿਲਣ ਵਾਸਤੇ ਪੰਜਾਬ ਚੋਂ, ਹਰਿਆਣੇ ਚੋਂ, ਵੱਖ ਵੱਖ ਥਾਵਾਂ ਤੋਂ। ਮੈਂ ਉਹਨਾਂ ਕੋਲ ਬੈਠਾ ਸੀ ਔਰ ਮੈਂ ਬਕਾਇਦਾ ਸਿੰਘਾਂ ਨੂੰ ਭੇਜਿਆ, ਮੈਨੂੰ ਪਤਾ ਲੱਗਿਆ ਜਦੋਂ ਕਿ ਕੌਰੇਵਾਣੇ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਤਾਂ ਮੈਂ ਉੱਥੇ ਸਾਰੀ ਜਾਣਕਾਰੀ ਲੈਣ ਵਾਸਤੇ ਸਿੰਘਾਂ ਨੂੰ ਭੇਜਿਆ। ਤਾਂ ਰਹੀ ਗੱਲ ਜਿਹੜੀ ਸਰਕਾਰ ਦੀ ਮਦਦ ਦੀ ਸੌਦਾ ਸਾਧ ਦੀਆਂ ਚਰਚਾਵਾਂ ਦੀ, ਇਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਬਕਾਇਦਾ ਪੰਜਾਬ ਸਰਕਾਰ ਪੰਜਾਬ ਪੁਲਿਸ ਉਹਦੀ ਮਦਦ ਕਰਦੀ ਆ। ਪਹਿਲਾਂ ਵੀ ਸਾਡੇ ਸਿੰਘ ਸ਼ਹੀਦ ਹੋਏ ਔਰ ਉਹਨਾਂ ਦੇ ਦੋਸ਼ੀ ਜਿਹੜੇ ਉਹ ਬਰੀ ਕੀਤੇ। ਸੌਦਾ ਸਾਧ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਵੀ ਸਰਕਾਰੀ ਸਿਕਿਉਰਿਟੀ ਦੇ ਕੇ ਕਰਵਾਈਆਂ। ਹੁਣ ਤਾਂ ਕਹਾਣੀ ਖਤਮ ਹੋ ਗਈ ਹੈ ਸਿੰਘ ਸਾਹਿਬ ਦੀ, ਤੁਸੀਂ ਸਾਰੇ ਸੰਗਤਾਂ ਦੇਖ ਰਹੇ ਹੋ ਕਿ ਜਦੋਂ ਸੌਦਾ ਸਾਧ ਨੂੰ ਹੀ ਮਾਫ਼ ਕਰਵਾ ਦਿੱਤਾ ਸਰਕਾਰ ਨੇ ਔਰ ਜਥੇਦਾਰਾਂ ਨੇ ਉਹਨਾਂ ਨੂੰ ਮਾਫ਼ੀਨਾਮਾ ਦੇ ਦਿੱਤਾ ਸੀਗਾ, ਭਾਵੇਂ ਕਿ ਸੰਗਤਾਂ ਦੇ ਦਬਾਅ ਵਿੱਚ ਬਾਅਦ 'ਚ ਰੱਦ ਕਰਨਾ ਪਿਆ। ਜੀ ਜੀ, ਸਰਕਾਰ ਵੱਲੋਂ ਤਾਂ ਕੋਈ ਉਹਨਾਂ ਦੀ ਜਿਹੜੀ ਹੈਗੀ ਆ ਪੂਰੀ ਪੋਸਟ ਬਣਾਈ ਹੋ ਰਹੀ ਆ, ਪੂਰੀ ਸਿਕਿਉਰਿਟੀ ਦੇ ਰਹੇ ਆ, ਤੇ ਸਿੱਖ ਸੰਗਤਾਂ ਜਿਹੜੀਆਂ ਨੇ ਆਪਣੇ ਨਿੱਜੀ ਪੱਧਰ ਤੇ ਜਿਹੜਾ ਹੈਗਾ ਉਹਨਾਂ ਦਾ ਵਿਰੋਧ ਕਰਦੀਆਂ ਨੇ ਉਹਨਾਂ ਦੀਆਂ ਕੂੜ ਚਰਚਾਵਾਂ ਦਾ। ਜਿਹੜੀ ਕੌਰੇਆਣਾ ਘਟਨਾ ਵੀ ਬੜੀ ਮੰਦਭਾਗੀ ਹੈ, ਇਹਦੀ ਜਿੰਨੀ ਵੀ ਨਿਖੇਧੀ ਹੋਵੇ ਥੋੜੀ ਆ ਕਿ ਸੰਗਤਾਂ ਤੇ ਸਰਕਾਰ ਉਹ ਵੀ ਅਕਾਲੀ ਸਰਕਾਰ ਜਿਹੜੀ ਉਹ ਜ਼ੁਲਮ ਕਰ ਰਹੀ ਹੈ। ਜੀ ਭਾਜੀ, ਤੁਸੀਂ ਕੁਝ ਪੁੱਛਣਾ ਚਾਹੋਗੇ? ਬਸ ਇਹੀ ਹੈ ਬਾਬਾ ਜੀ, ਜਿਹੜਾ ਕਿ ਹੁਣ ਜਿਹੜੀਆਂ ਸਿੱਖ ਸੰਗਤਾਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਦੀ ਹੁਣ ਲੋੜ ਹੈ ਇਸ ਸਮੇਂ ਦੇ ਵਿੱਚ, ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਹੁਣ ਉਹ ਗੱਲ ਨਹੀਂ ਰਹੀ ਜਿਹੜੀ ਪਹਿਲਾਂ ਸੀ, ਤੇ ਇਸ ਟਾਈਮ ਸਥਿਤੀ ਉੱਥੇ ਦੀ ਉੱਥੇ ਖੜੀ ਹੈ ਜਿਵੇਂ ਤੁਸੀਂ ਦੱਸਿਆ, ਤੇ ਕਰਨਾ ਕੀ ਚਾਹੀਦਾ ਹੁਣ ਜਥੇਬੰਦੀਆਂ ਨੂੰ, ਕੀ ਸਟੈਂਡ ਲੈਣਾ ਚਾਹੀਦਾ? ਮੈਂ ਬੇਨਤੀ ਕਰਦਾ ਜੀ, ਦੇਖੋ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਹੀ ਸਰਬੱਤ ਖਾਲਸਾ ਹੋਇਆ ਸੀ, ਪਰ ਸਾਨੂੰ ਉਦੋਂ ਗ੍ਰਿਫਤਾਰ ਕਰ ਲਿਆ। ਅਜੇ ਵੀ ਸਾਡੇ ਜਿਹੜੇ ਬਹੁਤੇ ਆਗੂ ਨੇ ਉਹ ਜੇਲ੍ਹਾਂ 'ਚ ਹੀ ਬੰਦ ਨੇ, ਸਰਬੱਤ ਖਾਲਸਾ ਦੇ ਪ੍ਰਬੰਧਕ ਤੇ ਚੁਣੇ ਹੋਏ ਜਥੇਦਾਰ, ਔਰ ਮੇਰੀ ਰਿਹਾਈ ਹੋਈ ਆ ਜਾਂ ਭਾਈ ਮੋਹਕਮ ਸਿੰਘ ਭਾਈ ਗੁਰਦੀਪ ਸਿੰਘ ਦੀ ਰਿਹਾਈ ਹੋਈ ਆ, ਔਰ ਭਾਈ ਅਮਰੀਕ ਸਿੰਘ ਜਨਾਲਾ ਉਹ ਪਰ ਆਪਣਾ ਅੰਟੈਰਮ ਬੇਲ ਤੇ ਨੇ, ਉਹਨਾਂ ਦੀ ਸਿਹਤ ਠੀਕ ਨਾ ਹੋਣ ਕਾਰਨ। ਸੋ ਅਸੀਂ ਸਾਰੇ ਇਹਨਾਂ ਚੀਜ਼ਾਂ ਦੇ ਮਸਲਿਆਂ ਦੇ ਹੱਲ ਵਾਸਤੇ ਮਤਲਬ ਜਿਹੜਾ ਹੈਗਾ ਜੋ ਸੰਗਤਾਂ ਨੇ ਸੇਵਾ ਲਾਈ ਆ ਅਸੀਂ ਸਿਰ ਜੋੜ ਕੇ ਬੈਠਾਂਗੇ, ਔਰ ਇਹਦੇ ਵਾਸਤੇ ਅਸੀਂ ਜਿਹੜੀ ਹੈਗੀ ਆ ਅਗਲੀ ਰਣਨੀਤੀ ਉਲੀਕਾਂਗੇ ਕਿ ਕਿਸ ਤਰੀਕੇ ਨਾਲ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਔਰ ਜਿਹੜੀਆਂ ਸੌਦਾ ਸਾਧ ਦੀਆਂ ਗਤੀਵਿਧੀਆਂ ਨੇ ਉਹਨਾਂ ਤੋਂ ਪੰਥ ਨੂੰ ਬਚਾਉਣ ਵਾਸਤੇ ਔਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਜਿਹੜੇ ਪ੍ਰੋਗਰਾਮ ਆ ਅਸੀਂ ਉਲੀਕਾਂਗੇ ਬੈਠ ਕੇ, ਔਰ ਇਹਦੇ ਸਭ ਕਾਸੇ ਵਾਸਤੇ ਪੰਥਕ ਏਕਤਾ ਦੀ ਜ਼ਰੂਰੀ ਹੈ, ਜਿਹਦੇ ਵਾਸਤੇ ਅਸੀਂ ਦਿਨ ਰਾਤ ਇੱਕ ਕਰਾਂਗੇ, ਜੋ ਕੌਮ ਨੇ ਜ਼ਿੰਮੇਵਾਰੀ ਲਾਈ ਆ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਤਰ ਕਰਕੇ ਜਿੰਨੀਆਂ ਵੀ ਜਥੇਬੰਦੀਆਂ ਨੇ ਔਰ ਜਿੰਨੇ ਆਗੂ ਨੇ ਉਹਨਾਂ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਅਪੀਲ ਕਰਾਂਗੇ ਤਾਂ ਕਿ ਸਾਂਝੇ ਤੌਰ ਤੇ ਦਾ ਜਿਹੜਾ ਉਹ ਹੱਲ ਲੱਭਿਆ ਜਾ ਸਕੇ, ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਪੰਥ ਸਾਹਮਣੇ ਆ ਰਹੀਆਂ ਨੇ ਉਹ ਨਾ ਆਉਣ।
ਤੇ ਜਿਹੜਾ ਆਪਾਂ ਸਰਬੱਤ ਖਾਲਸਾ ਦੁਬਾਰਾ ਗੱਲ ਕੀਤੀ ਸੀ ਵੀ ਆਪਾਂ ਇੱਕ ਵਾਰੀ ਫਿਰ ਵਿਸਾਖੀ ਦੇ ਮੌਕੇ ਤੇ ਰੱਖਿਆ ਜਾਏਗਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਉਹਦੇ ਵਾਸਤੇ ਕੋਈ ਤਿਆਰੀ ਕੀਤੀ ਗਈ ਹੈ? ਉਹਦੇ ਵਾਸਤੇ ਕੀ ਪ੍ਰੋਗਰਾਮ ਲਿਖਿਆ ਗਿਆ? हाँ भाई दिलबाग सिंह जी आप जी पता है कि जदों सरबत खालसा होया सी 10 नवंबर नूं चब्बा दे विच उहदे विच जिहड़ा अनाउंस कीता गया सीगा ते उस तों अगले दिन ही सारे आगूआं दी गिरफ्तारी हो गई जिहड़ी अजे तक जेलां च ने जिन्हां ने सारी रणनीति उलीकणी सी जित चुणे हुए जथेदारां ने ते आगूआं ने जी बिल्कुल। ते मेरी रिहाई हुई है, बाकियां दी वी रिहाई हो जांदी है ते असीं सारिआं नाल विचार चर्चा करके क्योंकि सरकार ने जबर किया जुल्म किया सानू बेकसूरां नू फड़ के अंदर डकिया ते हुण रिहाई जिहड़ी आ ओह सारिआं दी हो रही है। जिस तरह फिर असीं इकट्ठे सलाह करके अगले सरबत खालसा बारे की जो विसाखी ते होवेगा जां विसाखी तों अगे वी किया जा सकदा तां कि सारिआं दी सहमति नाल और जिहड़े मते पास करने ओह वी दुनिया भर दे सिखां दे सामने रख के वी किसे नू इह ना होवे वी उत्थे की मते ओह सारिआं दी सहमति बना के असीं चाहुंदे हां कि अगला सरबत खालसा जिहड़ा होणा है ओह सारे ਦੀ ਸਹਿਮਤੀ ਦੇ ਨਾਲ ਹੋਵੇ। ਜ਼ਰੂਰੀ ਨਹੀਂ ਹੈ ਕਿ ਉਹ ਵਿਸਾਖੀ ਦੇ ਜਿਹੜੇ ਜਥੇਦਾਰ ਅਜੇ ਵੀ ਜੇਲ੍ਹਾਂ ਚ ਨੇ, ਭਾਈ ਗੁਰਦਾਰ ਸਿੰਘ ਹਵਾਰਾ ਨੇ, ਭਾਈ ਧਿਆਨ ਸਿੰਘ ਮੰਡ, ਭਾਈ ਮੀਤ ਸਿੰਘ ਜਨਾਲਾ, ਉਹ ਜਦੋਂ ਰਿਹਾਈ ਹੋ ਜਾਂਦੀ ਹੈ ਤੇ ਅਸੀਂ ਸਾਰੇ ਸਲਾਹ ਕਰਕੇ ਅਗਲੀ ਜਿਹੜੀ ਰਣਨੀਤੀ ਹੈ ਨਾ ਉਹ ਸੰਗਤਾਂ ਦੇ ਸਾਹਮਣੇ ਰੱਖਾਂਗੇ। ਜੀ ਬਹੁਤ ਧੰਨਵਾਦ ਜੀ ਬਾਬਾ ਜੀ, ਆਪ ਜੀ ਦਾ ਸਰ ਜੋ ਸਾਰੀ ਇਨਫੋਰਮੇਸ਼ਨ ਤੁਸੀਂ ਸੰਗਤਾਂ ਨਾਲ ਸ਼ੇਅਰ ਕੀਤੀ, ਸੰਗਤਾਂ ਨਾਲ ਸਾਂਝੀ ਕੀਤੀ ਜੋ ਸਾਰੀ ਜਾਣਕਾਰੀ, ਸੋ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी जिवें हुण बाबा बलजीत सिंह दादूवाल जी ने कहा ही है कि यही बनता है कि इस टाइम जिहड़े पंथक जथेबंदियां गुरद्वारा प्रबंधक कमेटियां सारियां संगतां नूं इकट्ठे होना चाहिए, इकट्ठे सिर जुट बैठ के ही कोई फैसला लैन ते एकता दे विच सब कुछ ही है। जी जी ਕਹਿਣ ਦੀ ਲੋੜ ਹੈ ਇਹੀ। ਜੀ ਬਿਲਕੁਲ ਜੀ, ਜੇ ਇੱਦਾਂ ਦੇ ਕੋਈ ਵੀ ਮਸਲੇ ਆ ਜਿਵੇਂ ਸਾਡੇ ਸਾਨੂੰ ਫੇਸ ਕਰਨੇ ਪੈਂਦੇ ਆ ਜਿਹਦੇ ਨਾਲ ਤਣਾਅ ਬਣਦਾ, ਜਾਂ ਕੋਈ ਵੀ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਬਹੁਤ ਕੁਝ ਗਵਾ ਚੁੱਕੇ ਹਾਂ ਹੁਣ ਤੱਕ ਤੇ ਬਹੁਤ ਸਾਡਾ ਨੁਕਸਾਨ ਹੋ ਚੁੱਕਾ ਇਹਨਾਂ ਕੰਮਾਂ ਦੇ ਨਾਲ। ਸੋ ਸਰਕਾਰਾਂ ਜਿਹੜੀਆਂ ਨੇ ਨਾ ਵੋਟਾਂ ਦੀ ਰਾਜਨੀਤੀ ਖੇਡਦੇ ਆ ਉਹ, ਉਹਨਾਂ ਨੂੰ ਤੇ ਵੋਟਾਂ ਨਾਲ ਮਤਲਬ ਬਿਲਕੁਲ ਜੀ ਇਹਨਾਂ ਦਾ ਸਾਰਿਆਂ ਨੂੰ ਸਰਕਾਰ ਹੈ ਜਾਂ ਵਿਰੋਧੀ ਪਾਰਟੀ ਜਿਹੜੀਆਂ ਵੀ ਬਿਲਕੁਲ ਜੀ ਤੇ ਇਹਦੇ 'ਚ ਤਾਂ ਏਕਤਾ ਦਿਖਾਉਣੀ ਪੈਣੀ ਹੈ, ਆਪਣੇ ਵੱਡੇ ਇਕੱਠ ਦਿਖਾਉਣੇ ਪੈਣੇ ਆ, ਆਪਣੀ ਜਿੰਨੀ ਵੱਡੀ ਏਕਤਾ ਜਿੰਨੇ ਵਧੇ ਪੰਥਕ ਇਕੱਠ ਹੋਣਗੇ ਤਾਂ ਪੰਥ ਦੀ ਗੱਲ ਸੁਣੀ ਜਾਣੀ ਹੈ। ਜੀ ਬਿਲਕੁਲ ਜੀ, ਏਕਤਾ ਹੀ ਜ਼ਰੂਰੀ ਹੈ ਜੀ। ਬਿਲਕੁਲ ਜੀ, ਬਹੁਤ ਧੰਨਵਾਦ ਭਾਜੀ ਦਿਲਬਾਗ ਸਿੰਘ ਜੀ, ਤੁਸੀਂ ਅੱਜ ਦੇ ਜੋ ਡਿਸਕਸ਼ਨ ਸ਼ੋਅ ਵਿੱਚ ਤੁਸੀਂ ਸਾਡੇ ਨਾਲ ਬੈਠੇ ਤੇ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਸੀਂ ਹਿੱਸਾ ਲਿਆ। ਸੋ ਮੈਂ ਸਿੱਖ ਸੰਗਤਾਂ ਨੂੰ ਵੀ ਸਾਰਿਆਂ ਨੂੰ ਇਹੀ ਸ਼ੋਅ ਦੇ ਅਖੀਰ ਵਿੱਚ ਇਹੀ ਅਪੀਲ ਕਰਦਾ ਕਿ ਸਾਨੂੰ ਸਾਰੇ ਸਿੱਖਾਂ ਨੂੰ ਇੱਕ ਹੋਣ ਦੀ ਲੋੜ ਹੈ, ਚਾਹੇ ਮਸਲਾ ਕੋਈ ਵੀ ਹੋਵੇ ਸਾਨੂੰ ਇੱਕ ਹੋਣ ਦੀ ਲੋੜ ਹੈ, ਇੱਕ ਪਲੇਟਫਾਰਮ 'ਤੇ ਖੜ੍ਹੇ ਹੋ ਕੇ ਇੱਕ ਪਲੇਟਫਾਰਮ 'ਤੇ ਬੈਠ ਕੇ ਸਾਨੂੰ ਵਿਚਾਰ ਚਰਚਾ ਕਰਨ ਦੀ ਲੋੜ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਜੋ ਅਸੀਂ ਵਿਚਾਰ ਚਰਚਾ ਕੀਤੀ ਕਿ ਜੋ ਸੌਦਾ ਸਾਧ ਦੇ ਜੋ ਚੱਲ ਰਹੇ ਨੇ ਉੱਥੇ ਉਹਨਾਂ ਦਾ ਜੋ ਵਿਚਾਰ ਚੱਲ ਰਹੇ ਨੇ ਜਾਂ ਜੋ ਉਹਨਾਂ ਦੀਆਂ ਜੋ ਨਾਮ ਸਿਮਰਨ ਦੀਆਂ ਜੋ ਵੀ ਉਹ ਕਰਦੇ ਨੇ ਉਹਦੀਆਂ ਜੋ ਪ੍ਰੋਗਰਾਮ ਚੱਲ ਰਹੇ ਨੇ ਉਹਨੂੰ ਰੋਕਣ ਵਾਸਤੇ ਜੋ ਕੋਰੀਆਣਾ ਪਿੰਡ ਦੇ ਵਿੱਚ ਜੋ ਤਣਾਅ ਬਣਿਆ ਹੋਇਆ, ਸਾਨੂੰ ਇਹੋ ਜਿਹੇ ਸਿਚੁਏਸ਼ਨ ਨੂੰ ਬੜੇ ਧਿਆਨ ਦੇ ਨਾਲ ਵੇਖਣਾ ਪੈਣਾ ਕਿਉਂਕਿ ਅਸੀਂ ਪਹਿਲਾਂ ਵੀ ਬਹੁਤ ਕੁਝ ਆਪਣਾ ਨੁਕਸਾਨ ਕਰਾ ਚੁੱਕੇ ਹਾਂ। ਸੋ ਇਹੋ ਜਿਹੇ ਜੋ ਮਾਹੌਲ ਬਣਿਆ ਉਹਨੂੰ ਬੜੇ ਧਿਆਨ ਦੇ ਨਾਲ ਬੜੇ ਅਸੀਂ ਸਹਿਜਤਾ ਦੇ ਨਾਲ ਸਾਨੂੰ ਲੈਣਾ ਪੈਣਾ। ਸੋ ਅੱਜ ਦੇ ਸ਼ੋਅ ਦੇ ਵਿੱਚ ਜੇ ਕੁਝ ਬੋਲਦੇ ਹਾਂ ਕਿਸੇ ਦੀ ਸ਼ਾਨ ਦੇ ਖਿਲਾਫ਼ ਕੁਝ ਬੋਲ ਗਿਆ ਹੋਵਾਂ ਤਾਂ ਮਾਫ਼ੀ ਦਾ ਹੱਕਦਾਰ ਹਾਂ। ਸੋ ਨੈਕਸਟ ਸ਼ੋਅ ਦੇ ਵਿੱਚ ਤੁਹਾਨੂੰ ਫਿਰ ਮਿਲਾਂਗੇ, ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।